ਡਾਕਟਰ ਲਾਲ ਪੇਸ਼ ਕਰਦਾ ਹਾਂ ਯੂ4 ਨਿਊਜ਼ ਤੋਂ ਪੰਜਾਬੀ ਖਬਰਾਂ। ਹੁਸ਼ਿਆਰਪੁਰ ਵਿਖੇ ਕੋਕਾ ਕੋਲਾ ਦੀ ਫੈਕਟਰੀਆਂ ਨੂੰ ਤਾਮਿਲਨਾਡੂ, ਕੇਰਲਾ, ਰਾਜਸਥਾਨ ਤੇ ਮੇਘਾਲਿਆ ਆਦਿ ਸਥਾਨਾਂ ਤੋਂ ਬੰਦ ਕਰਾ ਦਿੱਤਾ ਗਿਆ ਹੈ। ਫਿਰ ਪੰਜਾਬ ਵਿੱਚੋਂ ਕਿਉਂ ਨਹੀਂ ਬੰਦ ਕੀਤੀਆਂ ਜਾ ਰਹੀਆਂ? ਇਹ ਕਹਿਣਾ ਹੈ ਵੀਰ ਪ੍ਰਤਾਪ ਰਾਣਾ ਦਾ। ਉਹਨਾਂ ਕਿਹਾ ਕਿ ਪੰਜਾਬ ਦਾ ਪਾਣੀ ਦਿਨ ਪ੍ਰਤੀ ਦਿਨ ਡੂੰਘਾ ਜਾ ਰਿਹਾ ਹੈ ਤੇ ਇਹਨਾਂ ਫੈਕਟਰੀਆਂ ਨੇ ਪੰਜਾਬ ਦਾ ਪੂਰਾ ਪਾਣੀ ਦੂਸ਼ਿਤ ਕਰਕੇ ਵਿਦੇਸ਼ਾਂ ਨੂੰ ਚਲੇ ਜਾਣਾ ਤੇ ਪੰਜਾਬ ਦੇ ਲੋਕ ਪਾਣੀ ਨੂੰ ਤਰਸਣਗੇ। ਉਹਨਾਂ ਕਿਹਾ ਕਿ ਕੋਕਾ ਕੋਲਾ, ਪੈਪਸੀ ਦੀਆਂ ਫੈਕਟਰੀਆਂ ਪਾਣੀ ਦੀਆਂ ਦੁਸ਼ਮਣ ਹਨ। ਜੇਕਰ ਪਾਣੀ ਹੀ ਨਾ ਬਚਿਆ ਤਾਂ ਅਸੀਂ ਕਿਸ ਤਰ੍ਹਾਂ ਜੀਵਨ ਦਾ ਗੁਜ਼ਾਰਾ ਕਰਾਂਗੇ? ਆਓ ਅਸੀਂ ਆਪਣੇ ਪਾਣੀਆਂ ਦੀ ਰਖਵਾਲੀ ਕਰੀਏ ਤੇ ਇਹਨਾਂ ਫੈਕਟਰੀਆਂ ਦਾ ਵਿਰੋਧ ਕਰੀਏ ਤਾਂ ਕਿ ਜੋ ਆਉਣ ਵਾਲੀ ਪੀੜ੍ਹੀ ਨੂੰ ਬਚਾਇਆ ਜਾ ਸਕੇ। ਹੁਸ਼ਿਆਰਪੁਰ ਉਨਾ ਰੋਡ ਤੇ ਲੱਗ ਰਹੀ ਕੋਕਾ ਕੋਲਾ ਫੈਕਟਰੀ ਦਾ ਵਿਰੋਧ ਕਰ ਰਹੇ ਹਾਂ ਕਿ ਇਸ ਫੈਕਟਰੀ ਨੇ ਇੱਕ ਤਾਂ ਸਾਡੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ, ਦੂਜਾ ਇਹ ਸਾਡੇ ਪੰਜਾਬ ਦਾ ਧਰਤੀ ਹੇਠਲਾ ਦੁੱਧ ਵਰਗਾ ਜਿਹੜਾ ਪਾਣੀ ਹੈ ਉਹਨੂੰ ਇਹਨਾਂ ਨੇ ਕੱਢ ਕੇ ਵੇਚ ਕੇ ਇੱਥੋਂ ਚਲੇ ਜਾਣਾ ਹੈ। ਸਾਡੇ ਪੰਜਾਬ ਦਾ ਪਾਣੀ ਹਰ ਸਾਲ 2.5 ਫੁੱਟ ਥੱਲੇ ਜਾ ਰਿਹਾ ਅਤੇ ਜਿੱਥੇ ਕਿ ਇਸ ਫੈਕਟਰੀ ਨੇ ਰੋਜ਼ ਦਾ ਅਰਬਾਂ ਲੀਟਰ ਪਾਣੀ ਕੱਢਣਾ ਹੈ ਅਤੇ ਉਹਦਾ ਕੋਕਾ ਕੋਲਾ, ਲਿਮਕਾ ਜਾਂ ਦੂਸਰਾ ਕਿੰਨੇ ਬਣਾ ਕੇ ਵੇਚ ਦੇਣਾ ਹੈਗਾ। 19 ਫਰਵਰੀ ਇਸ ਸਾਲ ਦੇ ਵਿੱਚ ਸਾਡੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਬਿਆਨ ਲੱਗਾ ਅਖਬਾਰਾਂ 'ਚ ਕਿ 20 ਸਾਲਾਂ ਦੇ ਵਿੱਚ ਜੇ ਤੁਸੀਂ ਨਾ ਸੁਧਰੇ ਤਾਂ ਜਿਹੜਾ ਪੰਜਾਬ ਦਾ ਪਾਣੀ ਹੈ ਉਹ ਖਤਮ ਹੋ ਜਾਣਾ, ਸਾਨੂੰ ਪੀਣ ਯੋਗ ਪਾਣੀ ਨਹੀਂ ਰਹਿਣਾ। ਅਸੀਂ ਉਹਨਾਂ ਦੀ ਸੋਚ 'ਤੇ ਪਹਿਰਾ ਲਾ ਕੇ ਬੈਠ ਗਏ ਹਾਂ ਕਿ ਇਸ ਫੈਕਟਰੀ ਨੂੰ ਇੱਥੋਂ ਬੰਦ ਕਰਵਾਇਆ ਜਾਵੇ ਜਾਂ ਇਸ ਫੈਕਟਰੀ ਨੂੰ ਇਹ ਕਿਹਾ ਜਾਵੇ ਕਿ ਇੱਥੇ ਕੋਕਾ ਕੋਲਾ ਔਰ ਕਿੰਨੇ ਪਾਣੀ ਨਹੀਂ ਭਰਨਾ ਚਾਹੀਦਾ, ਇੱਥੇ ਆਲੂਆਂ ਦੇ ਚਿਪਸ ਬਣਾਉਣ, ਜਿਹੜਾ ਸੰਤਰੇ ਦਾ ਜੂਸ ਬਣਾਉਣ, ਸਾਡਾ ਉਹਦਾ ਕੋਈ ਵਿਰੋਧ ਨਹੀਂ। ਪਾਣੀ ਇੱਥੋਂ ਇਹ ਨਾ ਕੱਢਣ ਔਰ ਅਸੀਂ ਕੱਢਣ ਨਹੀਂ ਦੇਵਾਂਗੇ। ਜੇ ਇਹਨਾਂ ਨੇ ਕੋਸ਼ਿਸ਼ ਕੀਤੀ ਤਾਂ ਅਸੀਂ ਆਪਣੀ ਕੁਰਬਾਨੀ ਦੇਣ ਵਾਸਤੇ ਤਿਆਰ ਖੜ੍ਹੇ ਹਾਂ।